ਇੱਕ ਸਾਂਝੀ ਹਰਿੰਦਰਪਾਲ ਜੀ, ਅੱਜ ਇੱਕ ਸਵਾਲ ਜਿਹੜਾ ਬਹੁਤ ਵਿਚਾਰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਦਬੀ। ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਿਵਾਲੀ ਦੇ ਮੌਕੇ 'ਤੇ ਗੁਰਦੁਆਰਿਆਂ ਦੇ ਵਿੱਚ ਇੱਕ ਸ਼ਬਦ ਆਮ ਪੜਿਆ ਜਾਂਦਾ ਹੈ, ਦਿਵਾਲੀ ਦੀ ਰਾਤ ਦੀਵੇ ਬਾਲੀਅਨ, ਅਤੇ ਕਿੱਥੇ ਵਿਚਾਰ ਦਾ ਵਿਸ਼ੇ ਨਹੀਂ ਹੈ ਕਿ ਗੁਰਦੁਆਰੇ ਗੁਰੂ ਸਾਹਿਬ ਦੇ ਸਿਧਾਂਤ ਨੂੰ, ਗੁਰੂ ਸਾਹਿਬ ਦੀ ਸੋਚ ਨੂੰ ਇੱਕ ਤਿਉਹਾਰ ਨਾਲ, ਇੱਕ ਦਿਵਾਲੀ ਨਾਲ ਜੋੜਿਆ ਜਾਂਦਾ ਹੈ, ਕਿੱਥੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਹੈ? ਸਭ ਤੋਂ ਪਹਿਲਾਂ ਤਾਂ ਵਿਦ ਡਿਊ ਰਿਸਪੈਕਟ ਮੈਂ ਕਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸ਼ਬਦ ਕਹਿਣਾ ਮੈਨੂੰ ਲੱਗਦਾ ਕਿ ਵਾਜਬ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜਿਸ ਨੂੰ ਅਸੀਂ ਸ਼ਬਦ ਗੁਰੂ ਕਹਿੰਦੇ ਹਾਂ, ਉਸ ਦੀ ਬੇਅਦਬੀ ਹੋ ਹੀ ਨਹੀਂ ਸਕਦੀ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਮਿਸਇੰਟਰਪ੍ਰੇਟ ਕਰਨਾ ਮੈਨੂੰ ਲੱਗਦਾ ਕਿ ਸਾਨੂੰ ਇਸ ਸਵਾਲ ਦਾ ਜਿਹੜਾ ਹੈ ਇਸਨੂੰ ਇਸ ਤਰ੍ਹਾਂ ਕਹਿਣਾ ਚਾਹੀਦਾ। ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਇਹ ਸ਼ਬਦ ਹੈ, ਦਿਵਾਲੀ ਦੀ ਰਾਤ ਦੀ ਗੱਲ ਹੈ, ਇਹ ਦਿਵਾਲੀ ਹੈ ਹੀ ਨਹੀਂ ਹੈ। ਇਸ ਵਿੱਚ ਦਿਵਾਲੀ ਦਾ ਮਤਲਬ ਜੋ ਹੈ ਉਹ ਤਾਂ ਇੱਕ ਨਵੀਂ ਸੋਚ, ਨਵੇਂ ਗਿਆਨ ਦੀ ਗੱਲ ਹੈ। ਠੀਕ ਹੈ। ਜਿੱਥੇ ਦੀਵੇ ਦੀ ਗੱਲ ਹੈ ਉਹ ਵਿਚਾਰ ਦੀ ਗੱਲ ਹੈ, ਉਹ ਵੀ ਗਿਆਨ ਦੀ ਗੱਲ ਹੈ। ਠੀਕ ਹੈ। ਤਾਂ ਇਹ ਪ੍ਰੋਬਲਮ ਇਹ ਹੈ ਕਿ ਇਹ ਸਾਡੇ ਪੂਰੇ ਸਿਸਟਮ ਦੇ ਵਿੱਚ ਇਹ ਕਿਸ ਤਰ੍ਹਾਂ ਹੋ ਗਿਆ ਕਿ ਕੋਈ ਵੀ ਖੁਸ਼ੀ ਮਿਲਣੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੋ ਸਤਿਗੁਰ ਨਦਰ ਕਰੇ, ਜਾਂ ਕਹਿ ਦੇਣਾ ਕੋਈ ਕਾਰ ਮਿਲ ਗਈ, ਇਹ ਵੀ ਦਾਤ ਤੇਰੀ ਦਤਾਰ, ਇਹ ਸਾਰੀ ਮਿਸਇੰਟਰਪ੍ਰੀਟੇਸ਼ਨ ਹੈ ਗੁਰਬਾਣੀ ਦੀ। ਔਰ ਮੈਂ ਇਸ ਗੱਲ ਦੇ ਉੱਤੇ ਪੱਕਾ, ਇਸ ਗੱਲ ਦੇ ਉੱਤੇ ਮੇਰਾ ਜੋ ਹੈ ਪੂਰਨ ਵਿਸ਼ਵਾਸ ਹੈ ਕਿ ਜਿਤਨੀਆਂ ਅੱਜ ਪ੍ਰੋਬਲਮ ਅਸੀਂ ਦੇਖ ਰਹੇ ਹਾਂ ਕੌਮੀ ਤੌਰ 'ਤੇ, ਉਹਦਾ ਕਾਰਨ ਕਿੱਥੇ ਨਾ ਕਿੱਥੇ ਹੈ ਕਿ ਗੁਰਬਾਣੀ ਨੂੰ ਟੋਟਲ ਐਂਡ ਟੋਟਲ ਮਿਸਇੰਟਰਪ੍ਰੀਟੇਸ਼ਨ ਕਰਕੇ ਆਮ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ। ਆਪ ਜੀ ਦੀ ਗੱਲ ਫਿਰ ਉਹੀ ਗੱਲ ਹੈ ਕਿ ਇਸ ਗੁਰਬਾਣੀ ਨੂੰ ਅਸੀਂ ਵਿਚਾਰ, ਗੁਰੂ ਸਾਹਿਬ ਕੁਛ ਹੋਰ ਕਹਿ ਰਹੇ ਨੇ ਅਤੇ ਅਸੀਂ ਕੁਛ ਹੋਰ ਵਿਚਾਰ ਪੇਸ਼ ਕਰਕੇ ਕਿੱਥੇ ਨਾ ਕਿੱਥੇ ਦੋਖੀ ਜਾਂ ਗੁਰਬਾਣੀ ਦਾ ਨਿਰਾਦਰ ਤਾਂ ਨਹੀਂ ਕਰ ਰਹੇ? ਯੈਸ, ਮੈਂ ਇਹ ਕਹਿ ਸਕਦਾ ਕਿ ਮਿਸ ਗੁਰਬਾਣੀ ਦੀ ਮਿਸਇੰਟਰਪ੍ਰੀਟੇਸ਼ਨ ਕਰ ਲੈਣੀ, ਜਾਂ ਜਿਹੜੀ ਸ਼ਬਦ ਨੂੰ ਹੈ, ਸ਼ਬਦ ਨੂੰ ਅਸੀਂ ਆਪਣੇ ਦੁਨਿਆਵੀ ਖੁਸ਼ੀ ਨਾਲ ਜਾਂ ਦੁਨਿਆਵੀ ਦੁੱਖ ਨਾਲ ਜੋੜ ਲੈਣਾ, ਇਹ ਮੈਨੂੰ ਲੱਗਦਾ ਕਿ ਕਿੱਥੇ ਨਾ ਕਿੱਥੇ ਅਸੀਂ ਗੁਰਬਾਣੀ ਦੀ ਦੇ ਨਾਲ ਜੋ ਹੈ ਜ਼ਿਆਦਤੀ ਵਰਡ ਮੈਂ ਕਹਿ ਲਵਾਂ, ਇਹ ਠੀਕ ਨਹੀਂ ਹੈ। ਹਾਂ, ਇਤਨਾ ਜ਼ਰੂਰ ਹੁੰਦਾ ਕਿ ਜਦੋਂ ਅਧਿਆਤਮਿਕਤਾ ਜਾਂ ਸਪਿਰਚੁਅਲਿਟੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਲਿਆਉਣਾ ਹੋਵੇ ਤਾਂ ਜੀਵਨ ਜਿਹੜਾ ਉਹ ਇੱਕ ਸਹੀ ਰਾਹ 'ਤੇ ਚੱਲਣ ਦੀ ਗੱਲ ਬਣ ਜਾਂਦੀ ਹੈ। ਇਸ ਲਈ ਕਈ ਗੱਲਾਂ ਤਾਂ ਇਹ ਕਰਨੀਆਂ ਕੋਈ ਹਰਜ ਨਹੀਂ, ਲੇਕਿਨ ਗੁਰਬਾਣੀ ਦੀ ਮਿਸਇੰਟਰਪ੍ਰੀਟੇਸ਼ਨ ਕਰਕੇ ਦਿਵਾਲੀ ਵਾਲੇ ਦਿਨ ਹੀ ਇਹ ਸ਼ਬਦ ਗਾਣਾ, ਮੈਨੂੰ ਕਿੱਥੇ ਨਾ ਕਿੱਥੇ ਲੱਗਦਾ ਕਿ ਸ਼ਾਇਦ ਗੁਰੂ ਸਾਹਿਬ ਨੇ ਸਾਨੂੰ ਇਸ ਤਰ੍ਹਾਂ ਨਹੀਂ ਸਿੱਖਿਆ। ਠੀਕ ਹੈ।